ਸਮੋਸੇ ਤੋਂ ਲੈ ਕੇ ਹੈਲੀਕਾਪਟਰ ਤੱਕ ਦੇ ਖਰਚੇ ਦੀ ਚੋਣ ਵਿਭਾਗ ਨੇ ਜਾਰੀ ਕੀਤੀ ਸੂਚੀ। ਨਹੀਂ ਦੇ ਸਕਣਗੇ 5 ਰੁਪਏ ਤੋਂ ਵੱਧ ਦੀ ਮੱਠੀ ਤੇ ਨਾ ਹੀ 12 ਰੁਪਏ ਤੋਂ ਵੱਧ ਦਾ ਸਮੋਸਾ। ਡਿਸਪੋਜ਼ੇਬਲ ਗਲਾਸ ਤੱਕ ਦਾ ਵੀ ਰੇਟ ਕੀਤਾ ਤੈ ਕੋਲਡ ਡਰਿੰਕਸ ਤੇ ਲੱਸੀ ਤੱਕ ਦੇ ਰੇਟਾਂ ਦੀ ਵੀ ਜਾਰੀ ਕੀਤੀ ਸੂਚੀ ਹਰ ਉਮੀਦਵਾਰ ਲਈ 75 ਲੱਖ ਰੁਪਏ ਦੇ ਚੋਣ ਖਰਚੇ ਦੀ ਹੈ ਸੀਮਾ ਨਤੀਜੇ ਆਉਣ ਦੇ 1 ਮਹੀਨੇ ਅੰਦਰ ਦੇਣਾ ਪਵੇਗਾ ਉਮੀਦਵਾਰਾਂ ਨੂੰ ਹਿਸਾਬ, ਨਹੀਂ ਤਾਂ ਹੋਵੇਗੀ ਸਖਤ ਤੋਂ ਸਖਤ ਕਾਰਵਾਈ ਸਤਿ ਸ਼੍ਰੀ ਅਕਾਲ, ਦੀ ਸਿਟੀ ਹੈਡਲਾਈਨਸ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਦਵਨਜੋ। ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ ਕਿ ਨਿੱਕੀ ਤੋਂ ਨਿੱਕੀ ਚੀਜ਼ ਚੋਣ ਦੇ ਪ੍ਰਚਾਰ ਦੇ ਵਿੱਚ ਯੂਜ਼ ਹੋਣ ਵਾਲੀ ਦਾ ਰੇਟ ਤੈਅ ਕਰ ਦਿੱਤਾ ਗਿਆ। ਚੰਡੀਗੜ੍ਹ ਚੋਣ ਕਮਿਸ਼ਨ ਵੱਲੋਂ ਰੇਟ ਤੈਅ ਕਰ ਦਿੱਤੇ ਗਏ ਨੇ, ਜਿਸ ਦੇ ਵਿੱਚ ਹੈਲੀਕਾਪਟਰ ਤੱਕ ਦੇ ਰੇਟ ਵੀ ਤੈਅ ਕੀਤੇ ਗਏ ਨੇ ਤੇ ਸਿਰਫ ਇੰਨਾ ਹੀ ਨਹੀਂ 5 ਰੁਪਏ ਦੀ ਮੱਠੀ ਦਾ ਰੇਟ ਤੈਅ ਵੀ ਇਹਨਾਂ ਨੇ ਕਰ ਦਿੱਤਾ ਤੇ 10 ਰੁਪਏ ਤੋਂ ਵੱਧ ਕਿਰਾਏ ਦੀ ਕੁਰਸੀ ਵੀ ਨਹੀਂ ਯੂਜ਼ ਕਰ ਸਕਣਗੇ ਉਮੀਦਵਾਰ। ਸੋ ਇਦਾਂ ਦੀ ਪੂਰੀ ਲਿਸਟ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ, ਜੋ ਚੋਣ ਕਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਹੈ। ਚੰਡੀਗੜ੍ਹ ਚੋਣ ਵਿਭਾਗ ਨੇ ਉਮੀਦਵਾਰਾਂ ਲਈ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖਰਚੇ ਦੀ ਸੀਮਾ ਨੂੰ ਤੈਅ ਕਰ ਦਿੱਤਾ ਹੈ। ਪਰ ਜੇ ਗੱਲ ਕਰੀਏ ਚੋਣ ਵਿਭਾਗ ਵੱਲੋਂ ਤੈਅ ਕੀਤੀ ਗਈ ਹੱਦ ਮੁਤਾਬਕ ਉਮੀਦਵਾਰ ਰੈਲੀਆਂ ਜਾਂ ਮੀਟਿੰਗਾਂ ਦੇ ਵਿੱਚ 10 ਰੁਪਏ ਤੋਂ ਵੱਧ ਕਿਰਾਏ ਦੀ ਕੁਰਸੀ ਦੀ ਵਰਤੋਂ ਵੀ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ 12 ਰੁਪਏ ਤੋਂ ਮਹਿੰਗਾ ਸਮੋਸਾ ਤੇ 30 ਰੁਪਏ ਤੋਂ ਵੱਧ ਚਨੇ ਨਾਲ ਸਮੋਸਾ ਵੀ ਨਹੀਂ ਦੇ ਸਕਣਗੇ। ਰੈਲੀਆਂ ਤੇ ਮੀਟਿੰਗ ਵਿੱਚ ਕੋਲਡ ਡਰਿੰਕ ਤੇ ਲੱਸੀ ਤੱਕ ਦੇ ਰੇਟ ਵੀ ਤੈਅ ਕਰ ਦਿੱਤੇ ਗਏ ਨੇ। ਉਮੀਦਵਾਰ ਪ੍ਰਤੀ ਸਮਰਥਕ ਲੱਸੀ ਲਈ 25 ਰੁਪਏ ਹੀ ਖਰਚ ਕਰ ਸਕਣਗੇ। ਪਰ ਜੇ ਗੱਲ ਕਰੀਏ ਚੰਡੀਗੜ੍ਹ ਚੋਣ ਕਮਿਸ਼ਨ ਵਿਭਾਗ ਨੇ ਸਾਰੇ ਉਮੀਦਵਾਰਾਂ ਲਈ ਚੋਣ ਖਰਚੇ ਦੇ ਨਾਲ ਪ੍ਰਚਾਰ ਵਿੱਚ ਵਰਤੀ ਜਾਣ ਵਾਲੀ ਹਰ ਤਰ੍ਹਾਂ ਦੀ ਸਮੱਗਰੀ ਤੇ ਖਾਣ ਪੀਣ ਦੇ ਹੋਣ ਵਾਲੇ ਖਰਚੇ, ਹਰ ਇੱਕ ਦੇ ਵਸਤੂ ਦੀ ਰੇਟ ਲਿਸਟ ਤੈਅ ਕਰ ਦਿੱਤੀ ਹੈ, ਜਿਸ ਦੇ ਜੇਕਰ ਗੱਲ ਕਰੀਏ ਮੱਠੀ ਦੇ ਰੇਟ ਵੀ, ਡਿਸਪੋਜ਼ੇਬਲ ਗਲਾਸ ਦੇ ਰੇਟ ਵੀ ਤੈਅ ਕਰ ਦਿੱਤੇ ਗਏ ਨੇ। ਹਰ ਉਮੀਦਵਾਰ ਲਈ 75 ਲੱਖ ਰੁਪਏ ਦੇ ਚੋਣ ਖਰਚੇ ਦੀ ਸੀਮਾ ਹੈ, ਭਾਵੇਂ ਵੱਡੇ ਰਾਜਾਂ ਵਿੱਚ ਇਹ ਸੀਮਾ 90 ਲੱਖ ਰੁਪਏ ਦੀ ਹੈ। ਚੋਣ ਵਿਭਾਗ ਨੇ ਹਰ ਤਰ੍ਹਾਂ ਦੇ ਪ੍ਰਚਾਰ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਦਾ ਰੇਟ ਚਾਰਟ ਵੀ ਤੈਅ ਕਰ ਦਿੱਤਾ ਹੈ। 6 ਪੰਨਿਆਂ ਦੇ ਰੇਟ ਚਾਰਟ ਦਾ ਹਰ ਇੱਕ ਸਮਾਨ ਜਿੰਨਾ ਵੀ ਹੋਏਗਾ 18 ਸ਼੍ਰੇਣੀਆਂ ਵਿੱਚ ਰੱਖ ਕੇ 210 ਆਈਟਮਾਂ ਦੀ ਜਾਣਕਾਰੀ ਦਿੱਤੀ ਹੈ। ਪ੍ਰਚਾਰ ਦੌਰਾਨ ਪੋਸਟਰਾਂ, ਬੈਨਰਾਂ, ਵਾਹਨਾਂ, ਟੀਵੀ ਸਕਰੀਨਾਂ ਤੋਂ ਲੈ ਕੇ ਕਲਾਕਾਰਾਂ, ਹਵਾਈ ਸਫ਼ਰ ਦੇ ਖਰਚੇ ਅਤੇ ਖਾਣ ਪੀਣ ਦੀਆਂ ਵਸਤੂਆਂ ਦੇ ਰੇਟ ਤੈਅ ਕੀਤੇ ਗਏ ਨੇ। ਚੋਣ ਨਤੀਜੇ ਆਉਣ ਦੇ 1 ਮਹੀਨੇ ਦੇ ਅੰਦਰ ਉਮੀਦਵਾਰਾਂ ਨੂੰ ਰੇਟ ਲਿਸਟ ਦੇ ਹਿਸਾਬ ਨਾਲ ਆਪਣਾ ਖਰਚੇ ਦਾ ਵੇਰਵਾ ਦੇਣਾ ਹੋਏਗਾ, ਨਹੀਂ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਹੋ ਸਕਦੀ ਹੈ। ਪਰ ਜੇ ਗੱਲ ਕਰੀਏ ਉਮੀਦਵਾਰਾਂ ਦੇ ਖਰਚਿਆਂ ਦੀ, ਉਮੀਦਵਾਰਾਂ ਦੇ ਯਾਤਰਾ ਖਰਚੇ ਦੀ ਗੱਲ ਕਰੀਏ ਤਾਂ 52 ਸੀਟਾਂ ਵਾਲੀ ਬੱਸ ਦਾ ਰੋਜ਼ਾਨਾ ਕਿਰਾਇਆ ਵੀ ਤੈਅ ਕਰ ਦਿੱਤਾ ਗਿਆ ਹੈ, ਜੋ ਕਿ 7,000 ਰੁਪਏ ਪ੍ਰਤੀ ਦਿਨ ਹੈ ਤੇ ਬਾਹਰੋਂ ਆਉਣ ਵਾਲੇ ਨੇਤਾਵਾਂ ਨੂੰ ਠਹਿਰਾਉਣ ਲਈ 4,200 ਰੁਪਏ ਤੇ ਸਿੰਗਲ ਬੈਡਰੂਮ ਲਈ 800 ਰੁਪਏ ਦੇ ਪ੍ਰਚਾਰ ਵਿੱਚ ਸਟੇਸ਼ਨਰੀ ਦੇ ਰੇਟ ਵੀ ਤੈਅ ਕਰ ਦਿੱਤੇ ਗਏ ਨੇ, ਜੋ ਸੁਣ ਕੇ ਤੁਸੀਂ ਵੀ ਸ਼ਾਇਦ ਹੈਰਾਨ ਹੋ ਜਾਓਗੇ। ਪਰ ਜੇ ਗੱਲ ਕਰੀਏ ਇਹਨਾਂ ਸਾਰੇ ਖਰਚਿਆਂ ਦੀ ਤਾਂ ਹੋਰ ਵੀ ਕਈ ਚੀਜ਼ਾਂ ਦੇ ਖਰਚੇ ਤੈਅ ਕਰ ਦਿੱਤੇ ਗਏ ਨੇ, ਜਿਸ ਦੇ ਵਿੱਚ ਪੈਨ ਡਰਾਈਵ ਤੱਕ ਦਾ ਖਰਚਾ ਵੀ ਸ਼ਾਮਿਲ ਹੈ। ਸਭ ਤੋਂ ਵੱਡਾ ਹਾਰ ਜੇਕਰ ਇਹਨਾਂ ਨੇ ਖਰੀਦਣਾ ਹੈ ਤਾਂ 32 ਰੁਪਏ ਤੱਕ ਦਾ ਹੋਣਾ ਚਾਹੀਦਾ ਹੈ। ਸਨਮਾਨਿਤ ਕਰਨ ਲਈ ਦਿੱਤੀ ਜਾਣ ਵਾਲੀ ਕਿਰਪਾਨ 500 ਰੁਪਏ ਤੇ ਸਿਰੋਪਾ ਖਰੀਦਣ ਲਈ 150 ਰੁਪਏ ਤੋਂ ਵੱਧ ਖਰਚਾ ਨਹੀਂ ਕਰ ਸਕਣਗੇ ਉਮੀਦਵਾਰ। ਹੈਲੀਕਾਪਟਰ ਅਤੇ ਚੌਪਰ ਦਾ ਕਿਰਾਇਆ ਵੀ ਤੈਅ ਕਰ ਦਿੱਤਾ ਗਿਆ। ਪਰ ਜਿਸ ਦੇ ਨਾਲ ਹੀ ਗੱਲ ਕਰੀਏ ਰੇਟ ਲਿਸਟ ਦੀ, ਜੋ ਤੁਹਾਡੇ ਨਾਲ ਸਕਰੀਨ ਤੇ ਵੀ ਸਾਂਝੀ ਕਰ ਰਹੇ ਹਾਂ, ਡਿਸਪੋਜ਼ੇਬਲ ਗਲਾਸ ਜੋ ਕਿ 2 ਰੁਪਏ ਰੇਟ ਜਿਸਦਾ ਰੱਖਿਆ ਗਿਆ, ਬ੍ਰੈਡ ਪਕੌੜਾ ਜਿਸਦਾ 20 ਰੁਪਏ ਰੇਟ ਰੱਖਿਆ ਗਿਆ, ਛੋਲੇ ਭਟੂਰੇ 50 ਰੁਪਏ ਲੇਟ ਪਲੇਟ ਦੇ ਹਿਸਾਬ ਨਾਲ ਰੱਖਿਆ ਗਿਆ, ਕੌਫੀ 20 ਰੁਪਏ, ਮੱਠੀ 5 ਰੁਪਏ, ਚਾਹ 10 ਰੁਪਏ, ਪਨੀਰ ਪਕੌੜਾ 20 ਰੁਪਏ, ਪਰੌਂਠਾ
25 ਰੁਪਏ। ਇਸ ਤਰੀਕੇ ਦੇ ਹੋਰ ਵੀ ਕਈ ਰੇਟਾਂ ਦੀ ਲਿਸਟ ਨੂੰ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਟੋਲੀ ਦਾ ਖਰਚਾ ਵੀ ਸ਼ਾਮਲ ਹੈ ਜੋ ਕਿ 15 ਰੁਪਏ ਸਾਰੇ ਦਿਨ ਦਾ ਹੋਵੇਗਾ ਤੇ ਇਸ ਦੇ ਨਾਲ ਹੀ ਲੋਕਲ ਸਿੰਗਰ ਨੂੰ ਬੁਲਾਉਣਾ ਚਾਹੁੰਦੇ ਨੇ ਉਮੀਦਵਾਰ ਦਾ 30,000 ਰੋਜ਼ਾਨਾ ਖਰਚ ਕਰ ਸਕਣਗੇ। ਪ੍ਰਸਿੱਧ ਗਾਇਕ ਨੂੰ ਬੁਲਾਉਣ ਦੇ 2.5 ਲੱਖ ਯਾਨੀ 2.5 ਲੱਖ ਰੁਪਏ ਤੱਕ ਦਾ ਖਰਚਾ ਕਰ ਸਕਣਗੇ ਉਮੀਦਵਾਰ। ਇਹ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਸੇ ਹਿਸਾਬ ਦੇ ਨਾਲ ਹੀ ਖਰਚਾ ਕਰਨਾ ਹੋਏਗਾ। ਉਮੀਦਵਾਰਾਂ ਨੂੰ ਇਹ ਸਾਰੀ ਲਿਸਟ ਨੂੰ ਦੇਖ ਕੇ ਹੀ ਇਹ ਸਾਰੇ ਖਰਚਿਆਂ ਨੂੰ ਕਰਨਾ ਹੋਏਗਾ ਤੇ ਇਸ ਦਾ ਸਾਰੇ ਉਮੀਦਵਾਰਾਂ ਨੂੰ ਦੱਸਣਾ ਵੀ ਪਏਗਾ ਕਿ ਕਿਹੜਾ ਖਰਚਾ ਕਿੱਥੇ ਹੋਇਆ। ਸੋ ਹੁਣ ਹਰ ਇੱਕ ਉਮੀਦਵਾਰ ਨੂੰ ਸੋਚ ਸਮਝ ਕੇ ਖਰਚਾ ਕਰਨਾ ਪਏਗਾ ਕਿਉਂਕਿ 75 ਲੱਖ ਦੇ ਵਿੱਚੋਂ ਹੀ ਇਹ ਸਾਰਾ ਖਰਚਾ ਹੋਏਗਾ। ਭਾਵੇਂ ਉਹ ਖਰਚਾ ਡਿਸਪੋਜ਼ੇਬਲ ਗਲਾਸ ਦਾ ਹੋਵੇ, ਭਾਵੇਂ ਸਮੋਸੇ ਦਾ ਹੋਵੇ, ਭਾਵੇਂ ਮੱਠੀ ਦਾ ਹੋਵੇ, ਹਰ ਇੱਕ ਚੀਜ਼ ਦਾ ਖਰਚਾ ਸੋਚ ਸਮਝ ਕੇ ਕਰਨਾ ਪਵੇਗਾ ਤੇ ਇਸ ਦਾ ਸਾਰਾ ਹਿਸਾਬ ਉਮੀਦਵਾਰ ਨੂੰ ਦੇਣਾ ਹੋਏਗਾ ਚੋਣ ਕਮਿਸ਼ਨ ਨੂੰ, ਨਹੀਂ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ। ਸੋ ਇਸ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣਾ ਤੇ ਹੋਰ ਅਪਡੇਟ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ।